ਗਲੀ ਦੇ ਵਿੱਚ ਬਦਮਾਸ਼ਾਂ ਨੂੰ ਗੇੜੀ ਲਾਉਣ ਤੋਂ ਰੋਕਿਆ ਤਾਂ ਇੱਕ ਵਿਅਕਤੀ ਦਾ ਸਿਰ ਹੀ ਖੋਲ ਦਿੱਤਾ। ਤਲਵਾਰਾਂ ਦੇ ਨਾਲ ਉਸ ਵਿਅਕਤੀ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਕੁਝ ਬਦਮਾਸ਼ ਗਲੀ ਦੇ ਵਿੱਚ ਗੇੜੀਆਂ ਲਾਉਂਦੇ ਸੀ ਤੇ ਗਲੀ ਦੇ ਵਿੱਚ ਜੋ ਲੜਕੀਆਂ ਸੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਜਿਸ ਤੋਂ ਦੁਖੀ ਹੋ ਕੇ ਜਦੋਂ ਮੁਹੱਲੇ ਦੇ ਸਾਰੇ ਲੋਕਾਂ ਨੇ ਉਹਨਾਂ ਨੂੰ ਘੇਰ ਕੇ ਇਸ ਗਲੀ ਦੇ ਵਿੱਚ ਆਉਣ ਤੋਂ ਮਨਾ ਕੀਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਆਪਣੀ ਖੁੰਦਕ ਕੱਢਣੀ ਸ਼ੁਰੂ ਕੀਤੀ, ਜਿਸ ਦੇ ਵਿੱਚ ਪਹਿਲਾਂ ਤਾਂ ਉਹ ਇੱਕ ਦਿਨ ਕਈ ਮੁੰਡਿਆਂ ਨੂੰ ਨਾਲ ਲੈ ਕੇ ਆਪਣੇ ਆਉਂਦੇ ਨੇ, ਲਾਠੀ ਡੰਡਿਆਂ ਦੇ ਨਾਲ ਲੈਸ ਹੋਏ ਵੇ ਹੁੰਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉੱਥੇ ਪੁਲਿਸ ਪਹੁੰਚਦੀ ਹੈ ਤਾਂ ਲਾਠੀ ਡੰਡੇ ਉੱਥੋਂ ਛੱਡ ਕੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਪੁਲਿਸ ਜਦੋਂ ਆਉਂਦੀ ਹੈ ਤਾਂ ਉਹਨਾਂ ਦੇ ਲਾਠੀ ਡੰਡੇ ਆਪਣੇ ਨਾਲ ਲੈ ਜਾਂਦੀ ਹੈ, ਪਰ ਬੇਖੌਫ ਹੋਏ ਬਦਮਾਸ਼ਾਂ ਦੇ ਵੱਲੋਂ ਮੁੜ ਤੋਂ ਕੁਝ ਦੇਰ ਬਾਅਦ ਆਉਂਦੇ ਨੇ ਤੇ ਇੱਕ ਵਿਅਕਤੀ ਜੋ ਕਿ ਗਲੀ ਦੇ ਵਿੱਚ ਜਾ ਰਿਹਾ ਹੁੰਦਾ ਕਿਤੇ ਤਾਂ ਉਸਨੂੰ ਘੇਰ ਕੇ ਉਸਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ, ਜਿਸ ਦੇ ਵਿੱਚ ਉਹ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਗਲੀ ਦੇ ਵਿੱਚ ਖੜੀਆਂ ਕਈ ਗੱਡੀਆਂ ਦੇ ਸ਼ੀਸ਼ੇ ਵੀ ਭੰਨ ਦਿੱਤੇ। ਹਾਲਾਂਕਿ ਇਸ ਤੋਂ ਵੀ ਬਸ ਨਹੀਂ ਹੋਈ, ਉਹਨਾਂ ਨੇ ਜਾਂਦੇ ਜਾਂਦੇ ਜੋ ਆਂਢੀ ਗੁਆਂਢੀ ਸੀ ਉਹਨਾਂ ਦੇ ਵੀ ਘਰਾਂ ਦੇ ਵਿੱਚ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ, ਗੇਟ ਜੋ ਸੀ ਉਹ ਭੰਨੇ ਗਏ, ਕੰਚ ਦੀਆਂ ਬੋਤਲਾਂ ਵੀ ਉਹਨਾਂ ਦੇ ਘਰਾਂ ਤੇ ਵਰਾਈਆਂ ਗਈਆਂ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਦੇਖੋ ਬਦਮਾਸ਼ਾਂ ਨੇ ਇੱਕ ਵਿਅਕਤੀ ਤੇ ਹਮਲਾ ਕੀਤਾ। ਕਿਹਾ ਜਾ ਰਿਹਾ ਕਿ ਜਦੋਂ ਇਹ ਗਲੀ ਦੇ ਵਿੱਚ ਆਉਂਦੇ ਸੀ ਤਾਂ ਲੜਕੀਆਂ ਨੂੰ ਤੰਗ ਪਰੇਸ਼ਾਨ ਕਰਦੇ ਸੀ, ਜਿਸ ਤੋਂ ਦੁਖੀ ਹੋਏ ਲੋਕਾਂ ਨੇ ਜਦੋਂ ਇਹਨਾਂ ਨੂੰ ਸਮਝਾਇਆ ਤਾਂ ਇਹਨਾਂ ਨੇ ਖੁੰਦਕ ਕੱਢਣੀ ਸ਼ੁਰੂ ਕੀਤੀ ਤਾਂ ਕਈ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨੇ ਅਤੇ ਇੱਕ ਵਿਅਕਤੀ ਦੇ ਸਿਰ 'ਚ ਤਲਵਾਰ ਮਾਰ ਕੇ ਉਸਦਾ ਸਿਰ ਹੀ ਪਾੜ ਦਿੱਤਾ। ਸਰ ਵਾ 15-20 ਬੰਦੇ ਆਏ ਥੇ ਬਾਈਕਾਂ ਪੈ ਔਰ ਉਹ ਸਾਰੇ ਹਥਿਆਰ ਲੈ ਰਹੇ ਥੇ, ਉਹਨਾਂ ਨੇ ਐਂਟੀ ਆ ਜੀ ਪਹਿਲੇ ਵਾਂ ਪੇ ਆ ਕੇ ਹਮਲਾ ਕੀਆ, ਛੱਪੇ ਗਰ ਪਈ ਬੋਤਲ ਮਾਰੀ ਉਹਨਾਂ ਨੇ, ਬੱਟੇ ਮਾਰੇ ਹੈ ਉਹ ਸਭ ਕੇ ਪਾਸ ਹਥਿਆਰ ਥੇ ਜੀ ਉਹਨਾਂ ਕੇ ਪਾਸ। ਮੈਂ ਫੈਕਟਰੀ ਥਾ ਜੀ, ਮੇਰੇ ਕੋ ਫੋਨ ਆਇਆ ਵੀ ਗਰ ਪੇ ਅੱਛੇ ਅੱਛੇ ਹਮਲਾ ਹੋ ਰਿਹਾ ਹੈ, ਜਬ ਤੱਕ ਆਏ ਜੀ ਉਹ ਇਨਕੋ ਅੰਕਲ ਕੋ ਉਹਨਾਂ ਨੇ ਚੋਟ ਮਾਰੀ, ਸਰ ਮੈਂ ਕਿਰਪਾਨ ਮਾਰੀ ਹੈ 2-3 ਵਾਰ ਔਰ ਔਰੋਂ ਕੋ ਵੀ ਚੋਟ ਤੋਂ ਲੱਗਿਆ ਜੀ, ਇੰਟ ਲੱਗੀ ਹੈ, ਮੈਨੂੰ ਕਿਰਪਾਨ ਵੀ ਲੱਗੀ ਹੈ ਇੱਕ ਦੋ ਬੰਦੇ, ਥੋੜ੍ਹੀ ਮੋਤੀ ਲੱਗਿਆ ਜੀ। ਉਹ 15-20 ਬੰਦੇ ਥੇ ਜੀ, ਮੈਂ ਦੋਨੋਂ ਜਾ ਰਹੇ ਥੇ, ਮੇਰੇ ਘਰ ਮੇ 10-15 ਦਿਨ ਬਾਅਦ ਪ੍ਰੋਗਰਾਮ ਸੀਗਾ, ਤੋ ਹਮ ਲੋਕ ਜਾ ਰਹੇ ਥੇ ਕੱਪੜੇ ਦੇਣੇ ਕੇ ਲੀਏ, ਸਿਲਨੇ ਕੇ ਲੀਏ, ਤੋ ਸਾਥ ਮੇ ਦੁਕਾਨ ਹੈ, ਬਸ ਇਹ ਕਹਿਣੇ ਲੱਗੇ ਕਿ ਮੈਂ ਕੁਛ ਲੈ ਲੂੰ, ਵਾਹ ਇਨਕਾ ਛੋਟਾ ਮੁੰਡਾ ਥਾ, ਮੈਂ ਵਹੀ ਖਿਲਾਨੇ ਲੱਗੀ, ਤਬ ਤੱਕ ਉਧਰ ਸੇ ਆਨੇ ਲਗੇ ਸਾਰੇ, ਤੋ ਹਮਨੇ ਕਹਾ ਮੇਰੀ ਜਵਾਨ ਕੁੜੀ ਹੈ, ਹਮਨੇ ਕਹਾ ਮੇਰੀ ਘਰ ਕੀ ਤਰਫ ਉਧਰ ਮੇਰੀ ਗਲੀ ਮੇ ਜਾ ਰਹੇ ਹੈ, ਤੋ ਮੈਂ ਪੀਛੇ ਸੇ ਆਈ ਭਾਗ ਕੇ, ਮੇਰੇ ਸਾਥ ਇਹ ਵੀ ਆ ਗਏ, ਤੋ ਬਸ ਇਹ ਕਹਿਣੇ ਲੱਗੇ ਕਿ ਕਿਆ ਹੁਆ ਭਾਈ ਸਾਹਿਬ ਇਤਨੀ ਤੇਜ਼ ਭਗਾ ਰਹੇ ਹੋ, ਬਸ ਇੱਕ ਉਤਰਾ ਪੀਛੇ ਸੇ ਕਿਰਪਾਨ ਮਾਰ ਦਿਆ, ਔਰ ਜਬ ਇਹ ਗਿਰ ਪੜੇ ਤੋ ਮੈਂ ਚਿਲਾਨੇ ਲਗੀ, ਤਬ ਤੱਕ ਆ ਕੇ ਗੱਡੀ ਕੇ ਸ਼ੀਸ਼ੇ ਤੋੜੇ ਇਧਰ ਸੇ, ਉਹ 2-4 ਸੀਧੇ ਚਲੇ ਗਏ, ਇਨਕੇ ਘਰ ਪੇ ਖੂਬ ਬੋਤਲਾਂ ਮਾਰਨੇ ਲਗੇ, ਬੋਬੜਾ ਬੜ ਮੈਂ ਚਿਲਾਈ ਜਾਊ ਚਿਲਾਈ ਜਾਊ, ਅਭੀ ਲਬਨੇ ਬੱਚੇ ਸੰਭਾਲ ਰਹੇ ਹੈ, ਮੈਂ ਉਨਕੋ ਪਕੜ ਕੇ ਚਿਲਾ ਰਹੀ ਹੂੰ ਰੋਡ ਪੇ, ਔਰ ਅਰੇ ਮੁਝੇ ਜਿਤਨੇ ਮੈਂ 5-6 ਗੱਡੀਆਂ ਥੀ, ਸਭ ਮੇਂ 4-4, 5-5 ਬੈਠੇ ਥੇ, ਉਨਕੇ ਵਹਾਂ ਬੋਤਲੇ ਥੀ, ਝੋਲੇ ਮੇਂ ਕਿਰਪਾਨੇ ਥੀ, ਔਰ ਬਹੁਤ ਚੀਜ਼ੇ ਥੀ, ਈਂਟ ਬੱਟੇ ਥੇ, ਸਭ ਚੀਜ਼ ਥਾ। ਸਰ 2-3 ਦਿਨ ਪਹਿਲਾਂ ਕੋਈ ਇਹ ਛੋਟੀ ਮੋਟੀ ਗੱਲ ਹੋਈ ਸੀਗੀ ਬੱਚਿਆਂ ਦੀ, ਉਸ ਤੋਂ ਬਾਅਦ ਕੀ ਹੋਇਆ, ਅੱਜ ਅੱਧੇ ਘੰਟਾ ਪਹਿਲਾਂ 15-20 ਮੁੰਡੇ ਹਥਿਆਰਬੰਦ ਲੈ ਕੇ ਗਲੀ 'ਚੋਂ ਭੱਜੇ, PCR ਆਈ ਆ, ਉਹਨਾਂ ਦੇ ਡੰਡੇ ਡੁੰਡੇ ਚੱਕ ਕੇ ਲੈ ਗਈ, PCR ਗਈ ਆ, ਅੱਧੇ ਘੰਟੇ ਬਾਅਦ 15-20 ਮਿੰਟ ਬਾਅਦ ਉਹ 15-20 ਬੰਦੇ ਫਿਰ ਆ ਕੇ ਮੇਰੇ ਘਰ 'ਤੇ ਬੋਤਲਾਂ ਮਾਰ ਕੇ, ਮਤਲਬ ਕਿ ਮੈਂ ਤਾਂ ਆਪਣੇ ਬੱਚੇ ਹੁਣ ਬੱਚਿਆਂ ਨੂੰ ਬਚਾਉਣਾ ਸੀਗਾ, ਮੈਂ ਆਪਣੇ ਬੱਚਿਆਂ ਨੂੰ ਬਚਾਉਣ 'ਚ ਲੱਗ ਗਿਆ, ਉਹਨਾਂ ਨੂੰ ਫੜਿਆ, ਗੇਟ ਬੰਦ ਕੀਤਾ, ਇਸ ਹਾਲੇ ਗੇਟ ਭੰਨ ਗਏ, ਗੱਡੀਆਂ ਭੰਨ ਗਏ, ਮੇਰੀ ਸਕੂਟਰੀ ਭੰਨ ਗਏ, ਮੋਟਰਸਾਈਕਲ ਭੰਨ ਗਏ। ਹਮਲਾ ਸਰ ਇੱਦਾਂ, ਇਹ ਬੱਚਿਆਂ ਦਾ ਕੋਈ ਮੈਟਰ ਆ, ਇਹ ਵੀ ਸਾਨੂੰ ਪਤਾ ਨਹੀਂ ਹੈ ਕੀ ਮੈਟਰ ਆ ਕੀ ਨਹੀਂ ਆ। ਬੱਚੇ ਦੀ ਆਪਸੀ ਲੜਾਈ ਸੀ, ਬੱਚੇ ਦੀ ਲੜਾਈ ਸੀ? ਹਾਂ, ਬੱਚਿਆਂ ਦੀ ਲੜਾਈ ਸੀ, ਕੋਈ ਛੋਟੀ ਮੋਟੀ, ਅਤੇ ਲੜਾਈ ਵੀ ਨਹੀਂ ਸੀਗੀ, ਲੜਾਈ ਤਾਂ ਹੁੰਦੀ ਹੈ ਨਾ ਕਿ ਕੋਈ ਮੈਟਰ ਹੋਵੇ, ਕੋਈ ਮੈਟਰ ਵੀ ਨਹੀਂ ਇਹਨਾਂ ਦਾ। ਅੱਛਾ,
ਤੇ ਤੁਹਾਡੇ ਘਰ ਦੇ ਉੱਤੇ ਹਮਲਾ ਕੀਤਾ? ਹਾਂ, ਮੇਰੇ ਘਰ ਦੇ ਉੱਤੇ ਵੀ, ਇਹਨਾਂ ਦੇ ਘਰ ਦੇ ਉੱਤੇ, ਯਾਨੀ ਕਿ ਤਿੰਨ ਚਾਰ ਘਰ ਇਕੱਠੇ ਨੇ ਜਿਹਦੇ ਵੱਜੀ ਮਾਰੀ ਉਹਨਾਂ ਨੇ। ਮੇਰਾ ਨਾਮ ਰਿੰਕੂ ਆ। ਕੀ ਕੰਮ ਕਰਦੇ ਹੋ? ਮੇਰੀ ਵਰਕਸ਼ਾਪ ਆ ਮੇਰਵਾਨ ਥਾਣੇ ਦੇ ਨਾਲ, ਰਾਹੋਂ ਰੋਡ ਤੇ। ਕੋਈ ਰੰਜਿਸ਼ ਤੁਹਾਡੀ ਆਪਸੀ ਉਹਨਾਂ? ਨੋ ਸਰ, ਕੋਈ ਰੰਜਿਸ਼ ਨਹੀਂ, ਆਪਣੀ ਕੋਈ ਰੰਜਿਸ਼ ਨਹੀਂ ਆ। ਪੁਲਿਸ ਨੂੰ ਕੰਪਲੇਂਟ ਕੀਤੀ ਆ? ਹਾਂਜੀ, ਪੁਲਿਸ ਆਈ ਆ ਘਰੇ। ਅੱਛਾ, ਹਾਂ। ਤੁਸੀਂ ਚਾਹੁੰਦੇ ਕੀ ਹੋ ਸਰ? ਮੇਰੇ ਬੱਚੇ ਬਚ ਗਏ, ਉਹਨਾਂ ਦਾ ਮੇਰੇ ਮੇਰੀ ਭਾਬੀ ਲੱਗਦੀ ਆ ਗਲੀ ਗਵਾਂਢੀ ਨੇ। ਮੇਰਾ ਕੁਝ ਹੋਰ ਗਿਆ, ਮੇਰੇ ਬੰਦੇ ਨੂੰ ਐਸਾ, ਮਤਲਬ ਮੇਰੇ ਸਾਰੀ ਗੱਡੀ ਤੋੜੇ, ਸਾਰੇ ਮੁੱਲੇ ਮੈਨੂੰ ਨੁਕਸਾਨ ਲੱਗ ਗਏ ਜੀ। ਮਜ਼ਦੂਰ ਬੰਦੇ ਅਸੀਂ ਕੀ ਕਰ ਸਕਦੇ? ਬੱਚੇ ਮੇਰੇ ਬੱਚੇ ਕੰਮ ਪੇ ਤੇ, ਅਭੀ ਮੈਨੇ ਫੋਨ ਕੀਆ, ਦੋਨੋਂ ਬੱਚੇ ਮੇਰੇ ਏਕ ਦੋ ਦੁਕਾਨ ਪੇ ਏਕ ਆਇਆ, ਇਹ ਲੋਕ ਨਾ ਹੋਤੇ ਤੋ ਕਿਆ ਕਰਤੇ ਬਤਾਓ? ਮੈਂ ਆਪਣਾ ਬੰਦਾ ਲੈ ਕੇ ਆ ਜਾਤੀ, ਪਹਿਲੇ ਇਹ ਬਤਾਓ। ਸਰ, ਉਹਨਾਂ ਦਾ ਪੁਲਿਸ ਵਾਲੇ ਆਪ ਕਹਿੰਦੇ ਸੀਗੇ ਅਗਰ ਅਸੀਂ ਟਾਈਮ ਸਿਰ ਨਾ ਦਿੰਦੇ ਇਹਨਾਂ ਨੇ ਕੋਈ ਨਾ ਕੋਈ ਵੱਢ ਦੇਣਾ ਸੀ। ਉਹੀ ਗੱਲ ਹੋਈ, ਪੁਲਿਸ ਵਾਲੇ ਗਏ ਨੇ, ਉਹ 10 ਮਿੰਟ ਬਾਅਦ ਹੀ ਆ ਗਏ ਮੁੰਡੇ, 20-25 ਮੁੰਡੇ, ਪਤਾ ਨਹੀਂ ਕਿੱਧਰੋਂ ਆਏ ਆ, ਹਥਿਆਰ ਉਹਨਾਂ ਕੋਲ ਸਾਰਿਆਂ ਕੋਲ, ਇੱਟਾਂ ਪੱਥਰ, ਉਹ ਬੋਤਲਾਂ ਦੇ ਝੋਲੇ ਵੀ ਸੀਗੇ ਉਹਨਾਂ ਕੋਲ। ਹਾਂਜੀ, ਹਾਂ, ਕੈਮਰੇ ਲੱਗੇ ਸਾਰੀ ਜਗ੍ਹਾ, ਆਪਾਂ ਕਢਾਵਾਂਗੇ।